अज पंजाब नूं एक नहीं सगों अनेकां ही समस्यावां ने घेरिया होया है, जिन्हां विचों पाणी दा मसला एक है। भावें पंज दरियावां दा मुल्क होण करके इस नूं पंजाब कहा जांदा है, पर अज जिस चढ़दे पंजाब दी असीं गल करदे हां उस विच दरियावां दी गिणती केवल दो ही रह गई है। इन्हां दो दरियावां दा पाणी भी पंजाब दे हिस्से चों किसी साजिश तहत खो लिया गया है। कि जी पंजाब दा पाणी सी, तुसीं पंजाब दा पाणी क्यों लै गए? पहली गल तां है कि जिहड़ा पंजाब दा जद डिवीजन होई है, जिहड़ा राजस्थान नूं पाणी दित्ता, ओह राजस्थान नूं पाणी क्यों दित्ता? उदों पंजाब नूं कहा सी कि जे असीं नहीं दिंदे आ इह पाणी तां इह पाकिस्तान नूं जाऊ। ਤੁਸੀਂ ਕਹਿ ਦਿਓ ਕਿ ਰਾਜਸਥਾਨ ਨੂੰ ਅਸੀਂ ਦਿੰਦੇ ਹਾਂ, ਅਸੀਂ ਕਹਿਤਾ ਅਸੀਂ ਰਾਜਸਥਾਨ ਨੂੰ ਦਿੰਦੇ ਹਾਂ, ਕੈਰੋਂ ਦੇ ਵੇਲੇ ਅਸੀਂ ਕਹਿਤਾ ਰਾਜਸਥਾਨ ਨੂੰ ਦਿੰਦੇ ਹਾਂ, ਪਰ ਅਸੀਂ ਰਾਜਸਥਾਨ ਨੂੰ ਤਿੰਨ ਕੰਡੀਸ਼ਨ 'ਤੇ ਦਿੰਦੇ ਸੀ। ਅਸੀਂ ਉਹਨਾਂ ਨੂੰ ਦਿੰਦੇ ਸੀ ਕਿ ਪਾਣੀ ਪੰਜਾਬ ਦਾ, ਇਹ ਪਾਣੀ ਉੱਥੇ ਜਾਓ ਜਿੱਥੇ ਪੰਜਾਬੀ ਵੱਸਦੇ ਨੇ, ਗੰਗਾ ਨਗਰ ਦਾ ਏਰੀਆ, ਇਹਨੂੰ ਅਸੀਂ ਜਦ ਮਰਜ਼ੀ ਵਾਪਸ ਲੈ ਸਕਦੇ ਹਾਂ। ਇਹਦੀ ਸਾਨੂੰ ਰੋਇਲਟੀ ਦਿੰਦੇ ਸੀ, ਇਹਦਾ ਅਸੀਂ ਮੁੱਲ ਲੈਂਦੇ ਸੀ। ਹੁਣ ਜਦ ਸਾਡੇ ਪੰਜਾਬ ਨੂੰ ਲੋੜ ਹੈ, ਅਸੀਂ ਕਹਿੰਦੇ ਉਹ ਪਾਣੀ ਉੱਧਰ ਬੰਦ ਕਰੋ, ਪੰਜਾਬ ਦਾ ਪਾਣੀ ਮੁੜ ਕੇ ਦਿਓ, ਉਹਦੀ ਕੋਈ ਗੱਲ ਨਹੀਂ ਕਰਦਾ, ਉਹਦੇ ਚੁੱਪ ਬੈਠੇ ਹੈ, ਕਿਉਂਕਿ ਉਹਨਾਂ ਨੇ ਝੂਠ ਬੋਲ ਕੇ ਪਿੱਲਿਆ ਔਰ ਪੰਜਾਬ ਦਾ ਪਾਣੀ ਖੋਹਿਆ। ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਕੁੱਲ ਮਾਤਰਾ 17.17 million ਏਕੜ ਫੁੱਟ ਮੰਨੀ ਜਾਂਦੀ ਹੈ, ਜਿਸ ਵਿੱਚੋਂ 4.22 million ਏਕੜ ਫੁੱਟ ਪੰਜਾਬ ਨੂੰ ਮਿਲਦਾ ਹੈ ਤੇ 3.50 million ਏਕੜ ਫੁੱਟ ਹਰਿਆਣਾ ਲੈ ਜਾਂਦਾ, 0.20 million ਏਕੜ ਫੁੱਟ ਦਿੱਲੀ ਨੂੰ ਮਿਲਦਾ ਤੇ 0.60 million ਏਕੜ ਫੁੱਟ ਜੰਮੂ ਕਸ਼ਮੀਰ ਨੂੰ ਮਿਲਦਾ। ਤੇ ਹੁਣ ਜੇ ਬਾਕੀ ਬਚੇ 8.60 million ਏਕੜ ਫੁੱਟ ਪਾਣੀ ਦੀ ਗੱਲ ਕਰੀਏ ਤਾਂ ਇਹ ਸਾਰਾ ਰਾਜਸਥਾਨ ਨੂੰ ਜਾਂਦਾ ਹੈ। ਰਾਜਸਥਾਨ ਨੂੰ ਜਾਣ ਵਾਲੇ ਇਸ ਪਾਣੀ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ। ਪੰਜਾਬ ਹਰ ਸਾਲ 50 ਲੱਖ ਕਿਊਸਿਕ ਪਾਣੀ ਰਾਜਸਥਾਨ ਨੂੰ ਦੇ ਰਿਹਾ, ਜਿਸਦੀ ਸਾਲਾਨਾ ਕੀਮਤ 14,000 crore ਬਣਦੀ ਹੈ। ਅਤੇ ਜੇਕਰ ਪਿਛਲੇ 52 ਸਾਲਾਂ ਦੀ ਗੱਲ ਕਰੀਏ ਤਾਂ ਇਸਦੀ ਕੀਮਤ 7,28,000 crore ਰੁਪਏ ਬਣਦੀ ਹੈ। ਅੰਗਰੇਜ਼ ਦੇ ਵੇਲੇ, ਰਾਜਾ ਸਵਾਏ ਮਾਧੋ ਸਿੰਘ ਦੇ ਵੇਲੇ ਤੋਂ ਅੰਗਰੇਜ਼ ਨੇ ਪਾਣੀ ਮੁੱਲ ਦਿੱਤਾ ਸੀ ਇਹਨੂੰ, ਆਪਣੇ ਰਾਜਸਥਾਨ ਨੂੰ। ਅਤੇ ਜਦੋਂ ਪਾਣੀ ਦੀ ਵੰਡ ਕੀਤੀ, 8 ਐਮ ਐਫ ਫੁੱਟ ਪਾਣੀ ਜਿਹੜਾ ਹੈ ਉਹ ਰਾਜਸਥਾਨ ਨੂੰ ਹੋਰ ਦੇ ਦਿੱਤਾ, ਔਰ ਨਾਲ ਮਿਨਟਸ ਨੇ ਮੀਟਿੰਗ 'ਚ ਉਹਦੇ 'ਚ ਕਿਹਾ ਗਿਆ ਵੀ ਜਿਹੜਾ ਪਹਿਲਾ ਰੇਟ ਹੈ ਉਹ ਨਵੇਂ ਸਿਰੇ ਰਿਵਾਈਜ਼ ਕਰਨ ਵਾਸਤੇ ਫਿਰ ਮੀਟਿੰਗ ਹੋਊ, ਫਿਲਹਾਲ ਉਹ ਬੰਦ, ਜਿਹੜਾ ਪਾਣੀ ਦੀ ਕੀਮਤ ਦੁਬਾਰਾ ਤੈਅ ਹੋਊ। 1955 ਤੋਂ ਲੈ ਕੇ ਅੱਜ ਤੱਕ ਉਸ ਮੀਟਿੰਗ ਤੋਂ ਬਾਅਦ ਪਾਣੀ ਦਾ ਰੇਟ ਤੈਅ ਕਰਨ ਵਾਸਤੇ ਮੀਟਿੰਗ ਹੀ ਨਹੀਂ ਕਿਸੇ ਨੇ ਕੀਤੀ, ਕਿਸੇ ਨੇ ਜ਼ਰੂਰਤ ਨਹੀਂ ਸਮਝੀ। ਜਿਹੜੇ ਇੱਥੇ ਪੰਜਾਬ ਦੇ ਲੀਡਰ ਸੀ ਸੁੱਤੇ ਪਏ ਸੀ, ਤੁਹਾਡਾ ਪਾਣੀ ਮੁਫ਼ਤ 'ਚ ਜਾ ਰਿਹਾ ਹੈ, ਉਦੋਂ ਦੇ 1955 ਤੋਂ ਮਿਨਟਸ ਨੇ ਮੀਟਿੰਗ ਦੇ, ਤੁਸੀਂ ਕਿਉਂ ਨਹੀਂ ਨਵੇਂ ਸਿਰੇ ਰੇਟ ਤੈਅ ਕੀਤਾ? ਇੱਕ ਗੱਲ। ਦੂਸਰੀ, ਹਰਿਆਣਾ ਸਾਡੇ ਵਿੱਚੋਂ ਨਿਕਲ ਗਿਆ, ਫਿਰ ਪਾਣੀ ਦੀ ਵੰਡ ਦਾ ਮਸਲਾ ਖੜ੍ਹਾ ਕਰ ਲਿਆ। ਹਰਿਆਣਾ ਰਾਈਪੇਰੀਅਨ ਸਟੇਟ ਤਾਂ ਹੈ ਨਹੀਂ ਸਾਡੇ ਨਾਲ, ਉਹਦਾ ਨਾ ਤਾਂ ਉਹ ਸਤਲੁਜ ਦੇ ਔਰ ਦਰਿਆ ਇਹਦੇ ਬਿਆਸ ਦੇ ਬੇਸਨ 'ਚ ਹੈ, ਬਲਕਿ ਅਸੀਂ ਜਮੁਨਾ ਦੇ ਬੇਸਨ 'ਚ, ਸਾਡਾ ਚੰਡੀਗੜ੍ਹ ਦੇ ਨਾਲ ਆ ਜਿਹੜਾ ਖਰੜ ਦਾ ਇਲਾਕਾ ਹੈ, ਇਹ ਅੱਜ ਦਾ ਜਿਹੜਾ ਇਹਨੇ ਨਾਸਾ ਨੇ ਜਾਰੀ ਕੀਤਾ ਹੋਇਆ ਨਕਸ਼ਾ, ਉਹਦੇ ਵਿੱਚ ਸਾਡਾ ਇਹ ਏਰੀਆ ਜਿਹੜਾ ਬਨੂੜ ਏਰੀਆ ਇਹ ਜਮੁਨਾ ਬੇਸਨ 'ਚ ਪੈਂਦਾ, ਸਾਡਾ ਤਾਂ ਉੱਧਰ ਪਾਣੀ ਪੈਂਦਾ, ਜੇ ਹੈਗਾ ਤਾਂ ਜਮੁਨਾ ਦਾ ਪਾਣੀ ਕਿਸੇ ਨੇ ਗਿਣਿਆ ਹੀ ਨਹੀਂ। ਪੰਜਾਬ ਦਾ ਪਾਣੀ ਤਾਂ ਵੰਡ ਲਿਆ ਗਿਆ, ਪਰ ਪੈਸਿਆਂ ਦੀ ਵੰਡ ਨਹੀਂ ਕੀਤੀ ਗਈ। ਪਾਣੀ ਦੇ ਮਾਲਕ ਅਸੀਂ ਹਾਂ, ਔਰ ਫਿਰ ਸਾਡਾ ਕੰਸਟੀਟਿਊਸ਼ਨ ਕਹਿੰਦਾ ਹੈ ਵੀ ਪਾਣੀ ਦੇ ਮਾਮਲੇ ਵਿੱਚ ਕੋਈ ਕੋਰਟ ਦਖਲ ਨਹੀਂ ਦੇ ਸਕਦੀ, ਅਤੇ ਈਵਨ ਪਾਰਲੀਮੈਂਟ ਕੁਛ ਨਹੀਂ ਕਰ ਸਕਦੀ, ਸਟੇਟ ਉਹਦੀ ਮਾਲਕ ਹੈ। ਸਟੇਟ ਵੀ ਉੱਥੇ ਦਾ ਚੀਫ ਮਿਨਿਸਟਰ ਲੋਕਾਂ ਦੀ ਰਿਪ੍ਰਜੈਂਟੇਸ਼ਨ 'ਤੇ ਉਹਦੇ 'ਚ ਦਖਲ ਦੇ ਸਕਦਾ। ਇਸ ਵੇਲੇ ਰਾਜਸਥਾਨ ਅਤੇ ਜਿਹੜਾ ਹੈਗਾ ਹਰਿਆਣਾ, ਉਹਨਾਂ ਤਾਂ ਫਿਕਸਡ ਅਮਾਊਂਟ ਹੈ ਪਾਣੀ ਦਾ, ਲੇਕਿਨ ਘੱਟ ਜਾਂ ਵੱਧ ਜਿਹੜਾ ਪੰਜਾਬ ਕੋਲ ਰਹਿ ਜਾਂਦਾ। ਇਹ ਕਲੇਮ ਕੀਤਾ ਜਾਂਦਾ ਕਿ ਥਰੂ ਟਾਈਮ ਜਿਹੜਾ ਆ ਪਾਣੀ ਦਾ ਫਲੋ ਜਿਹੜਾ ਉਹ ਘੱਟ ਗਿਆ, ਇਸ ਕਰਕੇ ਘਾਟਾ ਜਿਹੜਾ ਸਾਰਾ ਅਗਰ ਉਹ ਪੂਰਾ ਫਿਕਸ ਦੇ ਦਈਏ ਤਾਂ ਪੰਜਾਬ ਨੂੰ ਘਾਟਾ ਪੈਂਦਾ। ਪੰਜਾਬ ਦੀਆਂ ਆਪਣੀਆਂ ਮੁੱਖ 7 ਨਹਿਰਾਂ ਨੇ, ਪਰ ਇਹਨਾਂ ਦਾ ਬਹੁਤਾ ਪਾਣੀ ਪੰਜਾਬ ਨਹੀਂ ਸਗੋਂ ਦੂਜੇ ਸੂਬੇ ਵਰਤਦੇ ਨੇ। ਪੰਜਾਬ ਨੂੰ ਇਸਦਾ ਮੁੱਲ ਤਾਂ ਕੀ ਮਿਲਣਾ, ਸਗੋਂ ਆਪਣੀਆਂ ਜ਼ਰੂਰਤਾਂ ਲਈ ਜ਼ਮੀਨ ਵਿੱਚੋਂ ਕੱਢਣ ਵਾਲੇ ਪਾਣੀ ਉੱਤੇ ਵੀ ਪੰਜਾਬ 1,000 crore ਰੁਪਏ ਖਰਚ ਕਰ ਰਿਹਾ।
ਇੰਨਾ ਪਾਣੀ ਚਾਹੀਦਾ। ਨਹਿਰੀ ਪਾਣੀ ਜਿਹੜਾ 20-25% ਤੱਕ, ਸਿਰਫ ਜੋ 1/4 ਲਾ ਲਓ, ਇੰਨਾ ਹੀ ਜ਼ਰੂਰਤ ਪੂਰੀ ਕਰਦਾ। ਬਾਕੀ ਜਿਹੜਾ 75-80% ਪਾਣੀ ਆ ਉਹ ਅਸੀਂ ਜ਼ਮੀਨ ਤੋਂ ਕੱਢਦੇ ਹਾਂ, ਲੇਕਿਨ ਰੀਚਾਰਜ ਹੁੰਦਾ ਨਹੀਂ ਉਹਨਾਂ। ਸੋ ਹਰ ਸਾਲ ਜਿਹੜਾ ਕੋਈ 70-75 ਸੈਂਟੀਮੀਟਰ ਜਿਹੜਾ ਪਾਣੀ ਉਹ ਥੱਲੇ ਤੁਰਿਆ ਜਾ ਰਿਹਾ। ਇਹ ਪੰਜਾਬ ਦਾ ਇੱਕ ਸਭ ਤੋਂ ਵੱਡਾ ਮਸਲਾ ਆ। ਜਿੱਥੋਂ ਤੱਕ ਨਹਿਰੀ ਪਾਣੀ, ਜੇ ਨਹਿਰੀ ਪਾਣੀ ਸਾਨੂੰ ਜ਼ਿਆਦਾ ਮਿਲ ਜਾਏ ਤਾਂ ਫਿਰ ਉਹਦੇ ਨਾਲ ਜਿਹੜਾ ਇਹ ਪਾਣੀ 'ਚੋਂ ਜਿਹੜੀ ਆ ਪੰਪਿੰਗ ਉਹ ਘੱਟ ਜਾਏਗੀ। ਪੰਜਾਬ ਦੀ ਕੁੱਲ 98% ਜ਼ਮੀਨ ਸਿੰਚਾਈ ਯੋਗ ਹੈ। ਇਸਦੇ 27% ਹਿੱਸੇ ਉੱਤੇ ਨਹਿਰੀ ਅਤੇ 73% ਹਿੱਸੇ ਨੂੰ ਸਿੰਜਣ ਲਈ ਜ਼ਮੀਨ ਦੇ ਹੇਠੋਂ ਪਾਣੀ ਕੱਢਿਆ ਜਾਂਦਾ ਹੈ। ਪੰਜਾਬ ਵਿੱਚ 13 ਲੱਖ ਬਿਜਲੀ ਟਿਊਬਵੈੱਲਾਂ ਅਤੇ ਡੀਜ਼ਲ ਪੰਪਾਂ ਦੀ ਮਦਦ ਨਾਲ ਸਾਲਾਨਾ ਧਰਤੀ ਵਿੱਚੋਂ 2.5 ਏਕੜ ਫੁੱਟ ਪਾਣੀ ਕੱਢ ਲਿਆ ਜਾਂਦਾ ਹੈ। ਆਪਣਾ ਨਹਿਰੀ ਪਾਣੀ ਹੋਣ ਦੇ ਬਾਵਜੂਦ ਵੀ ਪੰਜਾਬ ਆਪਣਾ ਬੇਸ਼ਕੀਮਤੀ ਖਜ਼ਾਨਾ ਅਜਾਈ ਗਵਾ ਰਿਹਾ। ਧਰਤੀ ਦੀ ਹਿੱਕ ਵਿੱਚੋਂ ਲੱਖਾਂ ਲੀਟਰ ਦੇ ਹਿਸਾਬ ਨਾਲ ਪ੍ਰਤੀ ਦਿਨ ਪਾਣੀ ਕੱਢ ਕੇ ਪੰਜਾਬ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ। ਦਰਸਾਲ ਨੂੰ ਪੱਤਣ 'ਤੇ ਪਹੁੰਚ ਜਾਣਗੇ, ਪੰਜਾਬ ਪਾਸ ਕੋਈ ਪਾਣੀ ਨਹੀਂ ਹੋਣਾ, ਡੈਜ਼ਰਟ ਬਣ ਜਾਣਾ। ਬਸ ਪਾਣੀ ਹੈ ਨਹੀਂ, ਸਾਨੂੰ ਤਾਂ ਪਾਣੀ, ਜੇ ਸਾਡੇ ਪਾਸ ਹੁੰਦਾ ਅਸੀਂ ਇਹਨੇ ਟਿਊਬਵੈੱਲ ਕਿਉਂ ਲਾਉਂਦੇ ਹਾਂ? ਸਾਡੇ ਪਾਸ ਤਾਂ ਪਾਣੀ ਹੈ ਨਹੀਂ। ਜੇ ਅਸੀਂ ਟਿਊਬਵੈੱਲ ਬੰਦ ਕਰ ਦਈਏ ਸਾਡੇ ਪਾਣੀ ਠੀਕ ਆਜੂ, ਨਹਿਰ ਦਾ ਪਾਣੀ ਵੀ ਉੱਪਰ ਚੜ੍ਹਨ ਲੱਗ ਜੂ। ਇਹ ਤਾਂ ਸਾਡਾ ਪਾਣੀ ਚੋਰੀ ਕੀਤਾ ਗਿਆ, ਉਹਦਾ ਮੁੱਲ ਨਹੀਂ ਦੇ ਰਹੇ। ਲਗਾਤਾਰ ਪਾਣੀ ਦੀ ਵਰਤੋਂ ਕਰਕੇ ਪੰਜਾਬ ਰਾਜ ਦੇ 138 ਬਲਾਕਾਂ ਵਿੱਚੋਂ 80 ਬਲਾਕ ਕਾਲੇ ਜ਼ੋਨ ਵਿੱਚ ਦਾਖਲ ਹੋ ਗਏ ਨੇ, ਜਿਨ੍ਹਾਂ ਵਿੱਚ 98% ਪਾਣੀ ਜ਼ਮੀਨ ਵਿੱਚੋਂ ਕੱਢ ਲਿਆ ਗਿਆ। ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਾਣੀ ਹੇਠਾਂ ਜਾਣ ਦੀ ਦਰ ਪ੍ਰਤੀ ਸਾਲ 1 ਮੀਟਰ ਹੋ ਗਈ ਹੈ। ਕੰਡੀ ਖੇਤਰ ਵਿੱਚ ਪਾਣੀ 800-900 ਫੁੱਟ ਦੇ ਕਰੀਬ ਹੋ ਗਿਆ। ਝੋਨੇ ਦੀ ਫਸਲ ਪੰਜਾਬ ਦੇ ਪਾਣੀਆਂ ਲਈ ਅਮਰ ਵੇਲ ਬਣਦੀ ਜਾ ਰਹੀ ਹੈ। 1 ਕਿਲੋ ਰਾਈਸ ਪ੍ਰੋਡਿਊਸ ਕਰਨ ਲਈ ਸਾਨੂੰ 5000 ਲੀਟਰ ਪਾਣੀ ਚਾਹੀਦਾ, ਇੰਨਾ ਪਾਣੀ ਲੱਗਦਾ। ਔਰ 1 ਕਿਲੋ ਵੀਟ ਪ੍ਰੋਡਿਊਸ ਕਰਨ ਨੂੰ 3000 ਲੱਗਦਾ। ਅਤੇ ਜੇ ਅਸੀਂ ਐਵਰੇਜ 4 ਲਾ ਲਈਏ, 20 ਮਿਲੀਅਨ ਟਨ, ਤਾਂ ਤੁਸੀਂ ਅੰਦਾਜ਼ਾ ਲਓ ਕਿੰਨਾ ਪਾਣੀ ਅਸੀਂ ਦਾਣਿਆਂ 'ਚ ਬੰਨ ਕੇ ਪੰਜਾਬ ਤੋਂ ਬਾਹਰ ਭੇਜਦੇ ਹਾਂ। ਔਰ 80% ਪਾਣੀ ਜਿਹੜਾ ਆ ਉਹ ਅਸੀਂ ਥੱਲੇ ਧਰਤੀ ਤੋਂ ਕੱਢਦੇ ਹਾਂ, ਕਿਉਂਕਿ ਸਾਡਾ ਨਹਿਰੀ ਪਾਣੀ ਜਿਹੜਾ ਉਹ ਸਿਰਫ 20% ਸਾਡੀ 20-22% ਸਾਡਾ ਮੀਟ ਕਰਦਾ, ਬਾਕੀ ਦਾ ਜਿਹੜਾ ਹੈਗਾ ਉਹ ਪਾਣੀ ਅਸੀਂ ਥੱਲਿਓਂ ਪ੍ਰਾਪਤ ਕਰਦੇ ਹਾਂ। 2008 ਵਿੱਚ ਕੇਂਦਰੀ ਪਾਣੀ ਅਤੇ ਬਿਜਲੀ ਕਮਿਸ਼ਨ ਨੇ ਪ੍ਰੈਸ ਨੋਟ ਜਾਰੀ ਕੀਤਾ ਕਿ ਮਾਧੋਪੁਰ ਹੈੱਡ ਵਰਕਸ ਤੋਂ ਗੇਟਾਂ ਦੀ ਲੀਕੇਜ ਕਰਕੇ ਹਰ ਰੋਜ਼ 100 ਕਿਊਸਿਕ ਪਾਣੀ ਪਾਕਿਸਤਾਨ ਨੂੰ ਜਾ ਰਿਹਾ, ਜਿਸ ਦੀ ਸਾਲਾਨਾ ਕੀਮਤ 100 ਕਰੋੜ ਰੁਪਏ ਬਣਦੀ ਹੈ। ਇਸਦਾ ਘਾਟਾ ਵੀ ਪੰਜਾਬ ਨੂੰ ਹੀ ਝੱਲਣਾ ਪੈ ਰਿਹਾ। ਅੱਜ ਪਾਣੀ ਦੀ 1 ਬੋਤਲ ਦੀ ਕੀਮਤ 20 ਰੁਪਏ ਹੋ ਗਈ ਹੈ। ਪੰਜਾਬ ਵੱਲੋਂ ਕਿੰਨੇ ਹੀ ਕਰੋੜਾਂ ਦਾ ਪਾਣੀ ਹੋਰਨਾਂ ਸੂਬਿਆਂ ਨੂੰ ਮੁਫ਼ਤ ਵਿੱਚ ਦਿੱਤਾ ਜਾ ਰਿਹਾ। ਪੰਜਾਬ ਦੇ ਲੋਕ ਅਤੇ ਇਸ ਦੀ ਸਰਕਾਰ ਜੇਕਰ ਇਹਨਾਂ ਪਾਣੀਆਂ ਦੀ ਕੀਮਤ ਸਮਝ ਲਵੇ ਤਾਂ ਇਸ ਨੂੰ ਵੇਚ ਕੇ ਹੀ ਪੰਜਾਬ ਨੂੰ ਖੁਸ਼ਹਾਲ ਕੀਤਾ ਜਾ ਸਕਦਾ ਹੈ। ਤਾਮਿਲਨਾਡੂ ਆ, ਉਹ ਸਮੁੰਦਰ ਦਾ ਪਾਣੀ ਸਾਫ਼ ਕਰਦੇ ਆ, ਉਹਨਾਂ ਨੂੰ 6-7 ਪੈਸੇ ਜਿਹੜਾ ਲੀਟਰ ਪਾਣੀ ਪੈਂਦਾ ਸਾਫ਼ ਕਰਨ ਵਾਲਾ। ਅਸੀਂ ਕਹਿੰਦੇ ਤੁਸੀਂ 4 ਪੈਸੇ ਵੇਚੋ ਜਾ ਕੇ ਉੱਥੇ ਜਾ ਕੇ, ਠੀਕ ਹੈ ਨਾ। ਰਾਜਸਥਾਨ 'ਚ 5-5 ਕਿਲੋਮੀਟਰ ਜਾ ਗਾਗਰਾ ਭਰ ਕੇ ਲਿਆਉਂਦੇ ਆ ਪਾਣੀ, ਉਹਨਾਂ ਨੂੰ ਵੇਚੋ। ਅਸੀਂ ਅੰਦਾਜ਼ਾ ਲਾ ਕੇ ਦੱਸਿਆ ਸੀ ਜੇ 4 ਪੈਸੇ ਪਾਣੀ ਵੇਚ ਦਈਏ ਹੈ ਤਾਂ ਇਹ ਜਿਹੜਾ ਇਹ 'ਚੋਂ 1/2 ਪੈਸਾ ਜਿਹੜਾ ਆ ਉਹ ਕੰਸਟਰਕਸ਼ਨ 'ਤੇ ਜਾਂ ਮੇਨਟੇਨੈਂਸ 'ਤੇ ਉਹ ਲੱਗ ਜਾਏਗਾ, ਅਤੇ ਜਿਹੜਾ ਬਾਕੀ ਦਾ 1/2 ਉਹ 'ਚੋਂ 1 ਹਿੱਸਾ ਜਿਹੜਾ 1/2 ਉਹ ਸਟੇਟਸ ਨੂੰ ਦੇ ਦੇਣਾ। ਜਿਹੜਾ ਪੰਜਾਬ ਕੋਲ ਬਚਦਾ ਪਾਣੀ ਉਹਦੇ ਵਿੱਚੋਂ ਅਸੀਂ 20,000 ਰੁਪਈਆ ਪਰ ਏਕੜ ਜਾਂ 50,000 ਰੁਪਈਆ ਪਰ ਹੈਕਟਰ ਫਾਰਮ ਨੂੰ ਦੇ ਦਈਏ ਵੀ ਤੂੰ ਝੋਨਾ ਨਹੀਂ ਗਰੋ ਕਰਨਾ। ਫਿਰ ਵੀ ਇਹਨਾਂ ਕੋਲ 25-30,000 ਕਰੋੜ ਰੁਪਈਆ ਸਾਲ ਦਾ ਬਚਦਾ, ਉਹ ਪੰਜਾਬ ਸਰਪਲਸ ਹੋ ਜਾਏਗਾ ਪੈਸੇ ਦੇ। ਪੰਜਾਬ ਦੇ ਜ਼ਮੀਨੀ ਪਾਣੀ ਦੀ ਘਾਟ ਲਈ ਆਮ ਤੌਰ 'ਤੇ ਪੰਜਾਬ ਦੇ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਜਾਂਦਾ, ਪਰ ਸੋਚਣ ਵਾਲੀ ਗੱਲ ਤਾਂ ਇੱਕ ਹੋਰ ਹੈ ਕਿ ਵਾਕਿਆ ਹੀ ਕਿਸਾਨਾਂ ਨੇ ਪੰਜਾਬ ਦਾ ਪਾਣੀ ਮੁਕਾਇਆ? ਕੀ ਪੰਜਾਬ ਵਿੱਚ ਫੈਲ ਰਹੀ ਇੰਡਸਟਰੀ ਅਤੇ ਸ਼ਹਿਰੀਕਰਨ
किते ना किते इस लई जिम्मेवार नहीं। ग्रीन ट्रिब्यूनल च पानी मुकाउण लई किसान दोषी नहीं, मैं उत्थे साबित कीता है भी कोई स्टडी नहीं। साडे घरां विच किसी वेले इन्हां दिनां विच टोभे सुके हुंदे सी, लवालब भरे ने, सरकार ने दो दो तीन तीन वारी ग्रांटां दे के टोभे डूंगे करा ले, असी हेठली रेते तक चले गए ते टोभे भरे दे भरे। क्यों? साडी घरेलू कंजम्पशन वध गई। शहरां दे बाहर, हर शहर दे बाहर एक इधर नूं एक ईस्ट नूं एक वैसट नूं हर पासे नूं एक एक दरिया वगदा है पानी दा घरेलू कंजम्पशन दा। ਤੁਸੀਂ ਉਹ ਵਰਕਆਊਟ ਕਰਾ ਲਓ ਪਬਲਿਕ ਸੈਕਟਰ ਦਾ ਅਤੇ ਲੋਕ ਘਰੇਲੂ ਖਪਤ ਦਾ, ਇਹ ਤੋਂ ਬਿਨਾਂ ਇੰਡਸਟਰੀ ਦਾ ਕੋਕਾ ਕੋਲਾ ਪੈਪਸੀ ਸਾਰਾ ਪਾਣੀ ਵੇਚਦੇ ਨੇ, ਜਿਹੜਾ ਜਿਹੜੀਆਂ ਪਾਣੀ ਦੀਆਂ ਬੋਤਲਾਂ ਵਿਕਦੀਆਂ ਨੇ, ਇਹ ਸਾਰਾ ਵਰਕਆਊਟ ਕਰੋ ਕਿ ਵਾਕਈ ਕਿਸਾਨ ਨੇ ਪਾਣੀ ਮੁਕਾਇਆ। ਮੈਂ ਸਮਝਦਾ ਅਸੀਂ ਤਾਂ ਦੇਸ਼ ਲਈ ਅੰਨ ਪੈਦਾ ਕਰਕੇ ਦਿੰਦੇ ਹਾਂ ਪਾਣੀ ਵਰਤ ਕੇ, ਇਹ ਜਿਹੜੀ ਵੇਸਟੇਜ ਹੈ ਕਿਉਂਕਿ ਇਹ ਸੌਫਟ ਟਾਰਗੇਟ ਹੈ ਕਿਸਾਨ, ਇਹਨੂੰ ਬਦਨਾਮ ਕੀਤਾ ਜਾ ਰਿਹਾ। ਪਾਣੀ ਪੰਜਾਬ ਦਾ ਟੋਟਲ ਪੋਲਿਊਟ ਹੋ ਗਿਆ ਔਰ ਇੰਡਸਟਰੀ ਨੇ ਪੋਲਿਊਟ ਕੀਤਾ ਹੇਠਾਂ ਕੈਮੀਕਲ ਸਿੱਟ ਕੇ। ਹੁਣ ਪੰਜਾਬ ਦੀ ਸਮੱਸਿਆ ਇਹ ਨਹੀਂ ਕਿ ਪੰਜਾਬ ਕੋਲ ਪਾਣੀ ਕਿੰਨਾ ਹੈ, ਸਮੱਸਿਆ ਹੁਣ ਇਹ ਵੀ ਹੈ ਕਿ ਜਿੰਨਾ ਪਾਣੀ ਹੈ ਕੀ ਉਹ ਵਰਤੋਂ ਯੋਗ ਹੈ। ਪੰਜਾਬ ਦੀ ਮੈਜੋਰਟੀ ਪਾਪੂਲੇਸ਼ਨ ਹੈਪਟਾਈਟਿਸ ਸੀ ਦੀ ਬਿਮਾਰ ਹੋ ਗਈ, ਪੰਜਾਬ 'ਚ ਕੈਂਸਰ ਫੈਲ ਗਿਆ, ਇਹ ਜ਼ਿੰਮੇਵਾਰ ਇੱਥੇ ਦੀ ਇੰਡਸਟਰੀ ਹੈ ਔਰ ਇਹ ਇੱਥੇ ਦਾ ਪੋਲਿਊਸ਼ਨ ਕੰਟਰੋਲ ਬੋਰਡ ਹੈ। ਪੈਸੇ ਲੈਣ ਤੋਂ ਸਿਵਾ ਕੁਛ ਨਹੀਂ। ਹਵਾ ਹੁਣ ਪੋਲਿਊਸ਼ਨ ਦਾ ਲੈਵਲ ਕਿੱਥੇ ਹੈ ਜੀ? ਉਹ ਤਾਂ ਅਸੀਂ 20 ਦਿਨ ਸੀਗਾ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਨੇ ਲਾਇਆ ਸਾਨੂੰ ਅੱਗਾਂ ਲਾਉਣ, 30 ਸਾਲ ਪਹਿਲਾਂ ਕਿਹਾ ਵੀ ਅੱਗ ਲਾਓ ਛੇਤੀ ਫਸਲ ਬੀਜ ਦਿਉ, ਹੁਣ ਉਹ ਵੀ ਉਹਨਾਂ ਦੇ ਨਾਲ ਹੋ ਗਏ। ਪਾਣੀ ਦੇ ਸੰਕਟ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਇਸ ਖਜ਼ਾਨੇ ਪ੍ਰਤੀ ਸੁਚੇਤ ਹੋਣਾ ਪਵੇਗਾ, ਨਹੀਂ ਉਹ ਦਿਨ ਦੂਰ ਨਹੀਂ ਜਦੋਂ ਪੰਜ ਪਾਣੀਆਂ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬ ਦੇ ਲੋਕ ਇੱਕ ਬੂੰਦ ਸਾਫ ਪਾਣੀ ਪੀਣ ਲਈ ਵੀ ਤਰਸਣਗੇ।